ਹੈਲੋ ਜੀ ਸਿੱਧੀ ਪਰਮੇਸ਼ਰ ਤੁਹਾਨੂੰ ਬਰਕਤ ਦੇਣ ਮੈਂ ਯਕੀਨ ਕਰਦੀ ਹਾਂ ਤੁਸੀਂ ਬਿਲਕੁਲ ਰਾਜੀ ਖੁਸ਼ ਹੋਵੋਗੇ ਪ੍ਰਭੂ ਦੀ ਕਿਰਪਾ ਹੇਠ ਪ੍ਰਭੂ ਦੇ ਅਨੁਗ੍ਰਹਿ ਦੇ ਹੇਠ ਹੋਵੋਗੇ ਅੱਜ ਤੁਸੀਂ ਜ਼ਰੂਰ ਅੱਜ ਦੇ ਦਿਨ ਨੂੰ ਇੰਜੋਏ ਕਰਦੇ ਹੋਵੋਗੇ ਪ੍ਰਭੂ ਯਿਸੂ ਮਸੀਹ ਜੀ ਦੇ ਨਾਮ ਚ ਹਾਲੇਲੂਇਆ ਸੋ ਪ੍ਰਭੂ ਦੀ ਵਡਿਆਈ ਹੋਏ ਅੱਜ ਅਸੀਂ ਇੱਕ ਸ਼ਾਰਟ ਮੈਸੇਜ ਦੇ ਨਾਲ ਅੱਜ ਦੇ ਦਿਨ ਦੀ ਸ਼ੁਰੂਆਤ ਕਰਾਂਗੇ ਰੋਜ਼ ਦੀ ਤਰ੍ਹਾਂ ਜਿੱਦਾਂ ਅਪਾ ਰੋਜ਼ ਇੱਕ ਸ਼ਾਰਟ ਮੈਸੇਜ ਜਿਹੜਾ ਅਕੋਰਡਿੰਗ ਟੂ ਵਰਡ ਆਫ ਗੋਡ ਹੁੰਦਾ ਪਰਮੇਸ਼ਰ ਦੇ ਵਚਨ ਦੇ ਅਨੁਸਾਰ ਹੁੰਦਾ ਰੋਜ ਆਤਮਾ ਦੀ ਅਗਵਾਈ ਦੇ ਨਾਲ ਪਰ ਰੋਹ ਦੀ ਅਗਵਾਈ ਦੇ ਨਾਲ ਅਸੀਂ ਤੁਹਾਡੇ ਨਾਲ ਉਹ ਵਰਡ ਸ਼ੇਅਰ ਕਰਦੇ ਆਂ ਤੇ ਅੱਜ ਫੇਰ ਤੋਂ ਆਪਾਂ ਇੱਕ ਵਰਡ ਜਿਹੜਾ ਪਰਮੇਸ਼ਵਰ ਦੇ ਵੱਲੋਂ ਆ ਪਰਮੇਸ਼ਵਰ ਦੇ ਆਤਮਾ ਦੇ ਦੁਆਰਾ ਆ ਮੈਂ ਤੁਹਾਡੇ ਨਾਲ ਸ਼ੇਅਰ ਕਰਨਾ ਚਾਹੁੰਦੀ ਆ ਅਰ ਅੱਜ ਦਾ ਵਰਡ ਆ Let your tests becomes into your testimonies ਤੁਸੀਂ ਆਪਣੇ ਇਮਤਿਹਾਨਾਂ ਨੂੰ ਆਪਣੇ ਜੀਵਨ ਦੀ ਗਵਾਹੀ ਦੇ ਵਿੱਚ ਬਦਲਣ ਬਦਲਣ ਦਿਓ ਸੋ ਹੁਣ ਸਮਾਂ ਆ ਗਿਆ ਅੱਜ ਤੁਹਾਡੇ ਲਈ ਖੁਸ਼ਖਬਰੀ ਇਹੀ ਆ ਕਿ ਹੁਣ ਜਿਹੜੇ ਤੁਹਾਡੇ ਜ਼ਿੰਦਗੀ ਦੇ ਟੈਸਟ ਹੋ ਟੈਸਟੀਮਨੀਜ਼ ਦੇ ਵਿੱਚ ਬਦਲਣ ਜਾ ਰਹੇ ਪ੍ਰਭੂ ਯਿਸੂ ਮਸੀਹ ਜੀ ਦੇ ਨਾਮ ਦੇ ਵਿੱਚ ਤੁਸੀਂ ਜਿਨ੍ਹਾਂ ਜਿਨ੍ਹਾਂ ਅਜਮਾਇਸ਼ਾਂ ਦੇ ਵਿੱਚ ਤੁਸੀਂ ਫਸਿਓ ਜਿਨ੍ਹਾਂ ਟੈਂਪਟੇਸ਼ਨ ਦੇ ਵਿੱਚ ਤੁਸੀਂ ਫਸਿਓ ਅੱਜ ਜੋ ਟਾਈਮ ਹੈ ਕਿ ਪ੍ਰਭੂ ਦਾ ਆਤਮਾ ਪ੍ਰਭੂ ਦਾ ਹੱਥ ਤੁਹਾਨੂੰ ਉਹਨਾਂ ਇਮਤਿਹਾਨਾਂ ਦੇ ਵਿੱਚੋਂ ਬਾਹਰ ਕੱਢਣ ਜਾ ਰਿਹਾ ਪ੍ਰਭੂ ਯਿਸੂ ਮਸੀਹ ਜੀ ਦੇ ਨਾਮ 'ਚ ਉਨਾ ਅਜਮਾਇਸ਼ਾਂ ਚੋਂ ਨਾ ਪਰਤਾਵਿਆਂ ਚੋਂ ਬਾਹਰ ਕੱਢਣ ਜਾ ਰਿਹਾ ਪ੍ਰਭੂ ਯਿਸੂ ਮਸੀਹ ਜੀ ਦੇ ਨਾਮ ਦੇ ਵਿੱਚ ਅਰ ਅੱਜ ਤੁਸੀਂ ਟੈਸਟੀਮਨੀ ਦੇ ਸੀਜ਼ਨ ਦੇ ਵਿੱਚ ਪਰਵੇਸ਼ ਕਰਨ ਜਾ ਰਹੇ ਹੋ ਪ੍ਰਭੂ ਯਿਸੂ ਮਸੀਹ ਜੀ ਦੇ ਨਾਮ ਚ ਹਾਲੇਲੂਇਆ ਸੋ ਅੱਜ ਮੈਂ ਤੁਹਾਨੂੰ ਪਰਮੇਸ਼ਵਰ ਦੀ ਦਾਸੀ ਤੁਹਾਨੂੰ ਗੁੱਡ ਨਿਊਜ਼ ਦੇਣਾ ਚਾਹੁੰਦੀ ਆ ਤੁਹਾਨੂੰ ਮੈਂ ਇੱਕ ਖੁਸ਼ੀ ਆ ਜਿਹੜੀ ਤੁਹਾਡੇ ਨਾਲ ਮੈਂ ਸ਼ੇਅਰ ਕਰਨਾ ਚਾਹੁੰਦੀ ਆ ਉਹ ਖੁਸ਼ੀ ਇਹ ਆ ਕਿ ਤੁਸੀਂ ਆਪਣੇ ਘਰਾਂ ਦੇ ਅੰਦਰ ਇੱਕ ਸਟicker ਬਣਾਓ ਆਪਣੀ ਡੋਰ ਤੇ ਲਗਾਓ ਆਪਣੇ ਬੈਡਰੂਮ ਦੇ ਵਿੱਚ ਲਗਾਓ ਆਪਣੀ ਬੈੱਡ ਦੇ ਬਿਲਕੁਲ ਸਾਹਮਣੇ ਲਗਾਓ ਔਰ ਉਹਦੇ ਉੱਤੇ ਲਿਖੋ ਕਿ ਮੇਰੀ ਟੈਸਟੀਮਨੀ ਦਾ ਸੀਜ਼ਨ ਸ਼ੁਰੂ ਹੋ ਚੁੱਕਿਆ ਹੈ ਹallelujah ਸੋ ਤੁਸੀਂ ਇਹ ਕੰਮ ਜ਼ਰੂਰ ਕਰਨਾ ਹੈ ਆਪਣੀ ਕਿਚਨ ਦੇ ਵਿੱਚ ਜਿੱਥੇ ਤੁਸੀਂ ਕੁਕਿੰਗ ਕਰਦੇ ਆ ਆਪਣੀ ਗੈਸ ਦੇ ਸਾਹਮਣੇ ਜਿੱਥੇ ਤੁਸੀਂ ਕੁਕਿੰਗ ਕਰਦੇ ਆ ਉੱਥੇ ਤੁਸੀਂ ਲਗਾਓ ਲਿਖ ਕੇ ਕਿ ਮੇਰੀ ਟੈਸਟੀਮਨੀ ਦਾ ਸੀਜ਼ਨ ਸ਼ੁਰੂ ਹੋ ਚੁੱਕਿਆ ਹੈ ਪ੍ਰਭੂ ਯਿਸੂ ਮਸੀਹ ਜੀ ਦੇ ਨਾਮ 'ਤੇ اپنی ਬੈੱਡ ਦੇ ਸਾਹਮਣੇ ਲਿਖ ਕੇ ਲਾਓ ਮੇਰੀ ਟੈਸਟੀਮਨੀ ਦਾ ਸੀਜ਼ਨ ਸ਼ੁਰੂ ਹੋ ਚੁੱਕਿਆ ਪ੍ਰਭੂ ਯਿਸੂ ਮਸੀਹ ਜੀ ਦੇ ਨਾਮ 'ਚ ਆਪਣੀ ਟੀਵੀਜ਼ਨ ਸਕਰੀਨ ਦੇ ਉੱਪਰ ਲਿਖ ਕੇ ਇੱਕ ਸਟicker ਲਗਾ ਲਓ ਔਰ ਉੱਤੇ ਲਿਖੋ ਮੇਰੀ ਟੈਸਟੀਮਨੀ ਦਾ ਸੀਜ਼ਨ ਸ਼ੁਰੂ ਹੋ ਚੁੱਕਿਆ ਪ੍ਰਭੂ ਯਿਸੂ ਮਸੀਹ ਜੀ ਦੇ ਨਾਮ ਦੇ ਵਿੱਚ ਸੋ ਤੁਸੀਂ ਦੇਖੋ ਵਚਨ 'ਚ ਲਿਖਿਆ ਨੇਚਾ ਕਰਨ ਵਾਲਿਆਂ ਲਈ ਸਭ ਕੁਝ ਹੋ ਸਕਦਾ ਹੈ ਪਰ ਮੈਂ ਤੁਹਾਨੂੰ ਕਹਿੰਦੀ ਜੇ ਤੁਸੀਂ ਅੱਜ ਨੇਚਾ ਕਰ ਲਓ ਇਸ ਅੱਖਰ ਦੇ ਉੱਤੇ ਇਹਨਾਂ ਸ਼ਬਦਾਂ ਦੇ ਉੱਤੇ ਕਿ ਤੁਹਾਡੇ ਟੈਸਟ ਟੈਸਟੀਮਨੀਆ ਦੇ ਵਿੱਚ ਬਦਲਣ ਜਾ ਰਹੇ ਆ ਜੇ ਸੱਚੀ ਤੁਸੀਂ ਟੈਸਟੀਮਨੀ ਦੇ ਨਾਲ ਪਰਮੇਸ਼ਵਰ ਦੀ ਦਾਸੀ ਨੂੰ ਚੇਤੇ ਕਰੋਗੇ ਔਰ ਪਰਮੇਸ਼ਵਰ ਦੀ ਮहिमा ਕਰੋਗੇ ਔਰ ਮੈਂ ਤੁਹਾਡੀ ਲਾਈਫ ਦੇ ਵਿੱਚ ਅੱਜ ਡਿਕਲੇਅਰ ਕਰਦੀ ਹਾਂ ਸੱਚਮੁੱਚ ਤੁਸੀਂ ਟੈਸਟੀਮਨੀ ਚ ਐਂਟਰ ਕਰ ਰਹੇ ਹੋ ਪ੍ਰਭੂ ਯਿਸੂ ਮਸੀਹ ਜੀ ਦੇ ਨਾਮ ਚ ਟੈਸਟੀਮਨੀ ਸੀਜ਼ਨ ਦੇ ਵਿੱਚ ਐਂਟਰ ਕਰ ਰਹੇ ਹੋ ਪ੍ਰਭੂ ਯਿਸੂ ਮਸੀਹ ਜੀ ਦੇ ਨਾਮ ਦੇ ਵਿੱਚ ਔਰ ਡਿਲੇ ਤੁਹਾਡੇ ਜੀਵਨ ਚੋਂ ਕੰਪਲੀਟਲੀ ਖਤਮ ਹੋ ਚੁੱਕਿਆ ਹਰ ਡਿਲੇ ਜਿਹੜਾ ਆ ਉਹ ਨਿਕਲ ਚੁੱਕਿਆ ਕੰਪਲੀਟਲੀ ਨਿਕਲ ਚੁੱਕਿਆ ਸਪੈਸ਼ਲੀ ਉਹ ਲੋਕ ਜਿਹੜੇ ఎవਰੀ ਡੇਸ ਪ੍ਰੋਗਰਾਮ ਨੂੰ ਫੋਲੋ ਕਰ ਰਹੇ ਆ ਔਰ ਜੋ ਕੁਛ ਇਹਦੇ ਵਿੱਚ ਦੱਸਿਆ ਜਾ ਰਿਹਾ ਉਹਦੇ ਅਕੋਰਡਿੰਗਲੀ ਜਿਹੜੇ ਆਪਣੇ ਅੰਦਰ ਟਰਾਂਸਫਰਮੇਸ਼ਨ ਦੇਖ ਰਹੇ ਆ ਜੋ ਬਦਲਾਵ ਉਹਨਾਂ ਦੇ ਅੰਦਰ ਆਇਆ ਜਿਹੜੇ ਉਹਨਾਂ ਨੂੰ ਦੇਖ ਰਹੇ ਆ ਤੇ ਮੈਂ ਦਾਅਵੇ ਨਾਲ ਕਹਿ ਸਕਦੀ ਆ ਕਿ ਉਹ ਟੈਸਟੀਮਨੀ ਦੇ ਸੀਜ਼ਨ ਦੇ ਵਿੱਚ ਐਂਟਰ ਕਰ ਰਹੇ ਆ ਐਂਟਰ ਕਰ ਗਏ ਆ ਟੈਸਟੀਮਨੀਜ਼ ਸਟਾਰਟ ਹੋ ਚੁੱਕੀਆਂ ਆ ਉਹਨਾਂ ਦੇ ਜੀਵਨ ਦੇ ਵਿੱਚ ਪ੍ਰਭੂ ਯਿਸੂ ਮਸੀਹ ਜੀ ਦੇ ਨਾਮ ਦੇ ਵਿੱਚ ਇਸ ਲਈ ਨਹੀਂ ਕਿ ਤੁਸੀਂ ਐਵਰੀ ਡੇ ਮੈਨੂੰ ਦੇਖਦੇ ਆ ਐਵਰੀ ਡੇ ਤੁਸੀਂ ਮੈਨੂੰ ਸੁਣਦੇ ਆ ਪਰ ਇਸ ਲਈ ਕਿ ਤੁਸੀਂ ਐਵਰੀ ਡੇ ਇਸ ਪ੍ਰੋਗਰਾਮ ਦੇ ਰਹੀਂ پاک ਰੂਹ ਦੀ ਆਵਾਜ਼ ਨੂੰ ਸੁਣਦੇ ਆ ਐਵਰੀ ਡੇ ਇਸ ਪ੍ਰੋਗਰਾਮ ਦੇ ਰਹੀਂ ਤੁਸੀਂ ਪਰਮੇਸ਼ਵਰ ਦੇ ਮਨ ਦੀ ਇੱਛਾ ਨੂੰ ਸਮਝਦੇ ਆ ਕਿ ਪਰਮੇਸ਼ਵਰ ਦੀ ਇੱਛਾ ਕੀ ਆ ਸਾਡੇ ਜੀਵਨ ਵਿੱਚ ਔਰ ਕਿਦਾਂ ਅਸੀਂ ਪਰਮੇਸ਼ਵਰ ਦੀ ਇਸ ਇੱਛਾ ਨੂੰ ਆਪਣੇ ਜੀਵਨ ਦੇ ਰਹੀਂ ਪੂਰਿਆਂ ਕਰਨਾ ਆ ਹallelujah ਸੋ ਮੈਂ ਤੁਹਾਨੂੰ ਵਾਂਸ ਅਗੇਨ ਫੇਰ ਰਿਪੀਟ ਕਰਦੀ ਹਾਂ ਆਪਣੇ ਘਰਾਂ ਦੀਆਂ ਡੋਰਾਂ ਦੇ ਉੱਤੇ ਦਰਵਾਜ਼ਿਆਂ ਦੇ ਉੱਤੇ ਆਪਣੇ ਫ੍ਰਿਜ ਦੇ ਉੱਤੇ ਆਪਣੇ ਟੈਲੀਵਿਜ਼ਨ ਸਕਰੀਨ ਦੇ ਅਪਸਾਈਡ ਉੱਥੇ ਲਿਖੋ ਆਪਣੀ ਬੈੱਡ ਦੇ ਸਾਹਮਣੇ ਲਿਖੋ ਕਿ ਮੇਰਾ ਟੈਸਟੀਮਨੀ ਦਾ ਸੀਜ਼ਨ ਸ਼ੁਰੂ ਹੋ ਚੁੱਕਾ ਹੈ ਹਾਲੇਲੂਇਆ ਜਦੋਂ ਤੁਸੀਂ ਇਦਾਂ ਲਿਖੋਗੇ ਤੁਹਾਡੇ ਜੀਵਨ ਦੇ ਵਿੱਚ ਉਹ ਹੋਣ ਲੱਗ ਜਾਣਾ ਕਿਉਂਕਿ ਜਿੰਨੀ ਵਾਰੀ ਤੁਸੀਂ ਉਹਨੂੰ ਪੜੋਗੇ ਤੁਸੀਂ ਉਹਨੂੰ ਮੈਨੀਫੈਸਟ ਕਰੋਗੇ ਤੁਸੀਂ ਉਹਦੇ ਉੱਤੇ ਮੈਡੀਟੇਟ ਕਰੋਗੇ ਤੁਸੀਂ ਉਹਨੂੰ ਪ੍ਰੋਕਲੇਮ ਕਰੋਗੇ ਉਹਦੀ ਘੋਸ਼ਣਾ ਕਰੋਗੇ ਅਰ ਜਿੰਨੀ ਵਾਰੀ ਤੁਸੀਂ ਉਹਨੂੰ ਪ੍ਰੋਕਲੇਮ ਕਰੋਗੇ ਜਿੰਨੀ ਵਾਰੀ ਉਹਦੀ ਘੋਸ਼ਣਾ ਕਰੋਗੇ ਉਨਾਂ ਹੀ ਉਹ ਪੱਕਾ ਹੁੰਦਾ ਜਾਏਗਾ ਉਨਾਂ ਹੀ ਸਪੀਡ ਦੇ ਨਾਲ ਟੈਸਟੀਮਨੀ ਤੁਹਾਡੀ ਲਾਈਫ ਦੇ ਵਿੱਚ ਬਣਦੀ ਜਾਏਗੀ ਪ੍ਰਭੂ ਯਿਸੂ ਮਸੀਹ ਜੀ ਦੇ ਨਾਮ ਚ ਫਿਰ ਚਾਹੇ ਟੈਸਟ ਕਿੰਨਾ ਵੀ ਵੱਡਾ ਕਿਉਂ ਨਾ ਹੋਏ ਯਾਦ ਰੱਖੋ ਜਿੰਨੀ ਦੇਰ ਤੱਕ ਆਪਾਂ ਟੈਸਟ ਨਹੀਂ ਦਿੰਦੇ ਉਨੀ ਦੇਰ ਤੱਕ ਅਸੀਂ ਸਕਸੈਸਫੁਲ ਨਹੀਂ ਹੁੰਦੇ ਅਗਰ ਨਰਸਰੀ ਦਾ ਨਿਆਣਾ ਟੈਸਟ ਨਹੀਂ ਦਊਗਾ ਲੱਕੇ ਜਿੱਚ ਕਿੱਦਾਂ ਜਾਊਗਾ ਜੇ ਅੱਧਾ ਦਸਵੀਂ ਦਾ ਇਹੋਂ ਟੈਸਟ ਨਹੀਂ ਦਊਗਾ ਤੇ 11ਵੀਂ ਚ ਕਿੱਦਾਂ ਜਾਊਗਾ ਇਸੇ ਤਰ੍ਹਾਂ ਇੱਕ ਸੀਜ਼ਨ ਚੋਂ ਚੇਂਜ ਹੋਣ ਦੇ ਲਈ ਤੁਸੀਂ ਦੇਖੋ ਜਦੋਂ ਸਿਆਲ ਆਉਣਾ ਹੁੰਦਾ ਗਰਮੀਆਂ ਖਤਮ ਹੋਣੀਆਂ ਹੁੰਦੀਆਂ ਵਰਖਾ ਹੁੰਦੀ ਆ ਸੀਜ਼ਨ ਚੇਂਜ ਹੋ ਜਾਂਦਾ ਤੇ ਠੰਡ ਹੋ ਜਾਂਦੀ ਆ ਫੇਰ ਵਰਖਾ ਹੁੰਦੀ ਸਿਆਲ ਖਤਮ ਹੋਣ ਲੱਗਿਆ ਫੇਰ ਵਰਖਾ ਹੁੰਦੀ ਆ ਤੁੰਡਾਂ ਬੈਣੀਆਂ ਬੰਦ ਹੋ ਜਾਂਦੀਆਂ ਦਿਨ ਖੁੱਲਣ ਲੱਗ ਜਾਂਦੇ ਫੇਰ ਵਰਖਾ ਹੁੰਦੀ ਆ ਗਰਮੀ ਆ ਜਾਂਦੀ ਆ ਵਰਖਾ ਹੁੰਦੀ ਆ ਕਦੀ ਬਸੰਤ ਆ ਗਈ ਕਦੀ ਪੱਤ ਝੜ ਆ ਗਈ ਜਿੱਦਾਂ ਵਰਖਾ ਆਉਂਦੀ ਹੈ ਤੇ ਸੀਜ਼ਨ ਚੇਂਜ ਹੋ ਜਾਂਦਾ ਹੈ ਆ ਠੀਕ ਇਸੇ ਤਰ੍ਹਾਂ ਸਾਡੇ ਜੀਵਨ ਦੇ ਵਿੱਚ ਟੈਸਟ ਆਉਂਦਾ ਹੈ ਤੇ ਅਸੀਂ ਇੱਕ ਨਵੇਂ ਰੈਲਮ ਦੇ ਵਿੱਚ ਪਰਵੇਸ਼ ਕਰ ਜਾਂਦੇ ਆ ਜਿੰਨੀ ਦੇਰ ਤੱਕ ਟੈਸਟ ਨਹੀਂ ਆ ਸਾਡੀ ਲਾਈਫ ਦੇ ਵਿੱਚ ਓਨੀ ਦੇਰ ਤੱਕ ਅਸੀਂ ਪ੍ਰੋਪਰ ਵੇ ਦੇ ਨਾਲ ਸਕਸੈਸਫੁਲ ਨਹੀਂ ਹੋ ਸਕਦੇ ਅਸੀਂ ਨਵੇਂ ਪੜਾਅ ਦੇ ਵਿੱਚ ਐਂਟਰ ਨਹੀਂ ਕਰ ਸਕਦੇ ਸਾਨੂੰ ਟੈਸਟ ਦੇਣਾ ਹੀ ਪਊਗਾ ਹallelujah ਜੇ ਆਪਾਂ ਪਵਿੱਤਰ ਬਾਈਬਲ ਦੇ ਵਿੱਚ ਦੇਖੀਏ ਤਾਂ ਜਿੰਨਿਆਂ ਦਾ ਜ਼ਿਕਰ ਅੱਜ ਦੇ ਦੇ ਕੇ ਆਪਾਂ ਗੱਲਾਂ ਕਰਦੇ ਆਂ ਜਿੰਨਿਆਂ ਦੇ ਹਵਾਲੇ ਦੇ ਦੇ ਕੇ ਪਰਮੇਸ਼ਵਰ ਦੇ ਕੋਲੋਂ ਸਾਡੇ ਲਈ ਬਰਕਤਾਂ ਮੰਗਦੇ ਆਪਾਂ ਕਹਿੰਦੇ ਪ੍ਰਭੂ ਸਾਨੂੰ ਅਬਰਾਹਮ ਦੀਆਂ ਬਰਕਤਾਂ ਮਿਲਣ ਅਸੀਂ ਅਬਰਾਹਮ ਦੀਆਂ ਬਰਕਤਾਂ ਦੇ ਵਾਰਿਸ ਆ ਤਾਂ ਤੁਸੀਂ ਦੇਖੋ ਨਾ ਅਬਰਾਹਮ ਦੀ ਲਾਈਫ ਤੇ ਟੈਸਟ ਵੀ ਦੇਖੋ ਫਿਰ ਤਾਂ ਅਬਰਾਹਮ ਦੀ ਲਾਈਫ ਦਾ ਕਿੰਨਾ ਵੱਡਾ ਟੈਸਟ ਸੀ ਕਿ ਪਰਮੇਸ਼ਵਰ ਨੇ ਕਿਹਾ ਆਪਣੇ ਬੇਟੇ ਨੂੰ ਸੈਕਰੀਫਾਈਜ਼ ਕਰ ਦੇ ਮੇਰੇ ਲਈ ਅਬਰਾਹਮ ਨੇ ਇੱਕ ਵਾਰੀ ਇਨਕਾਰ ਨਹੀਂ ਕੀਤਾ ਇੱਕ ਵਾਰੀ ਕੁਐਸ਼ਨ ਨਹੀਂ ਕੀਤਾ ਆਪਣੇ ਬੇਟੇ ਨੂੰ ਲੈ ਕੇ ਤੁਰ ਪਿਆ ਹਾਲਾਂਕਿ ਪਰਮੇਸ਼ਵਰ ਨੇ ਉਸ ਸੈਕਰੀਫਾਈਸ ਨੂੰ ਨਹੀਂ ਪੂਰਾ ਹੋਣ ਦਿੱਤਾ ਪਰਮੇਸ਼ਵਰ ਨੇ ਉਹਦੇ ਬੇਟੇ ਦੀ ਜਗ੍ਹਾ ਤੇ ਉਹਨੂੰ ਇੱਕ ਸ਼ੱਕਰਾ ਦਿੱਤਾ ਇੱਕ ਉੱਥੇ ਪਸ਼ੂ ਜਿਹੜਾ ਸੀਗਾ ਉਹ ਪ੍ਰਗਟ ਕੀਤਾ ਕਿ ਜਿਹਦੀ ਬਲੀ ਦਿੱਤੀ ਜਾਏ ਪਰ ਇਸਹਾਕ ਦੀ ਬਲੀ ਨਹੀਂ ਹੋਈ ਪਰ ਅਬਰਾਹਮ ਦਾ ਟੈਸਟ ਦੇਖੋ ਉਹ ਉਹਨੇ ਕਿਹਾ ਨਹੀਂ ਕਿ ਪ੍ਰਭੂ ਬੁਢਾਪੇ ਵਿੱਚ ਤਾਂ ਤੂੰ ਮੈਨੂੰ ਜਵਾਕ ਦਿੱਤਾ ਨਿਆਣਾ ਦਿੱਤਾ ਤੇ ਹੁਣ ਤੂੰ ਮੇਰੇ ਤੋਂ ਵਾਪਸ ਲੈ 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 ਲੇਗਾ ਤਾਂ ਇਹ ਤੂੰ ਕੀ ਕਰ ਰਿਹਾ ਉਹਨੇ ਕੁਐਸ਼ਨ ਨਹੀਂ ਕੀਤਾ ਉਨੇ ਸਾਰਾ ਦੇ ਨਾਲ ਵੀ ਸਲਾਹ ਨਹੀਂ ਕੀਤੀ ਪਰ ਉਹਨੇ ਇਜ਼ਹਾਕ ਨੂੰ ਲਿਆ ਸਾਰੀ ਵਾਟੇ ਉਹਦੇ ਨਾਲ ਗੱਲਾਂ ਕਰਦਾ ਗਿਆ ਸਾਰੇ ਰਾਹ ਉਹਦੇ ਨਾਲ ਗੱਲਾਂ ਕਰਦਾ ਗਿਆ ਪਰ ਉਹ ਤਿਆਰ ਸੀਗਾ ਇੱਥੋਂ ਤੱਕ ਬਾਈਬਲ ਚ ਲਿਖਿਆ ਕਿ ਉਹਨੇ ਸ਼ੁਰਾ ਵੀ ਜਿਹੜਾ ਸੀ ਉਹ ਕੱਢ ਲਿਆ ਸੀ ਇਜ਼ਹਾਕ ਨੂੰ ਕੁਰਬਾਨ ਕਰਨ ਦੇ ਲਈ ਹallelujah ਸੋ ਇੰਨਾ ਵੱਡਾ ਟੈਸਟ ਅਬਰਾਹਮ ਨੇ ਬਰਕਤਾਂ ਸੌਖੀਆਂ ਨਹੀਂ ਲਈਆਂ ਉਨੇ ਬਹੁਤ ਵੱਡੇ ਟੈਸਟ ਦਿੱਤੇ ਉਹਨੂੰ ਉਹਦੇ ਪਿਤਾ ਦੇ ਘਰ ਚੋਂ ਪਰਮੇਸ਼ਵਰ ਨੇ ਬਾਹਰ ਕੱਢਿਆ ਅਰੋਂ ਨਿਕਲਿਆ ਅਰ ਪਰਮੇਸ਼ਵਰ ਨੇ ਉਹਨੂੰ ਹਸ ਦੇ ਵਸ ਦੇ ਕੋਈ ਇਹੋ ਜਿਹੇ ਦੇਸ਼ ਦੇ ਵਿੱਚ ਇਦਾਂ ਹੀ ਨਹੀਂ ਜਾ ਕੇ ਧਰ ਦਿੱਤਾ ਕਿ ਲੈ ਆਬਰਾਹਮਾ ਜਿੰਨੇ ਮਕਾਨ ਬਣੇ ਸਭ ਤੇਰੇ ਆਬਰਾਹਮਾ ਜਿੰਨੇ ਖੂਬ ਅਗਦੇ ਸਭ ਤੇਰੇ ਆਬਰਾਹਮ ਇਹ ਸਭ ਬਾਗ ਬਗੀਚੇ ਤੇਰੇ ਨੋ ਵਚਨ ਨੂੰ ਪੜੋ ਆਬਰਾਹਮ ਦੀ ਸਟੋਰੀ ਨੂੰ ਪੜੋ ਤੁਸੀਂ ਦੇਖੋਗੇ ਉਹ ਉਜਾੜਾਂ ਜੀਆਂ ਥਾਵਾਂ ਦੇ ਵਿੱਚ ਸੀ ਜਿੱਥੇ ਕੁਝ ਵੀ ਨਜ਼ਰ ਨਹੀਂ ਆਉਂਦਾ ਸੀ ਕਿੰਨੇ ਕਿੰਨਾ ਸਮਾਂ ਲੱਗਿਆ ਖੂ ਪੁੱਟਣ ਨੂੰ ਤਾਂ ਤਦ ਜਾ ਕੇ ਕਿਤੇ ਖੂਚੋਂ ਪਾਣੀ ਨਿਕਲਿਆ ਕਦੀ ਕਿਸੇ ਰਾਜੇ ਦੀ ਪਨਾਹ ਵਿੱਚ ਰਹਿਣਾ ਪਿਆ ਸਾਰਾ ਨੂੰ ਉਸ ਰਾਜੇ ਦੇ ਕੋਲੇ ਦੇਣਾ ਪਿਆ ਹਾਲਾਂਕਿ ਪਰਮੇਸ਼ਵਰ ਦੇ ਆਤਮਾ ਦੇ ਰਹੀਂ ਉਹ ਬਚਾਈ ਗਈ ਰਾਜੇ ਨੂੰ ਸੁਪਨਾ ਆਇਆ ਰਾਜਾ ਗੁਨਾਗਾਰੀ ਤੋਂ ਬਚ ਗਿਆ ਸਰਾਪ ਤੋਂ ਬਚ ਗਿਆ ਅ ਸਾਰਾ ਵਾਪਸ ਆਪਣੇ ਪਤੀ ਦੇ ਕੋਲ ਅਬਰਾਹਮ ਦੇ ਕੋਲ ਗਈ ਪਰ ਇੰਨੇ ਵੱਡੇ ਵੱਡੇ ਟੈਸਟ ਅਬਰਾਹਮ ਨੇ ਦਿੱਤੇ ਆਪਣੇ ਐਂਡ ਟਾਈਮ ਤੱਕ ਟੈਸਟ ਫਿਰ ਉਹ ਫਿਰ ਤੁਸੀਂ ਦੇਖੋ ਬਾਈਬਲ ਦੇ ਵਿੱਚ ਦਾਊਦ ਦਾ ਕਿੰਨੀ ਵਾਰੀ ਟੈਸਟ ਹੋਇਆ ਜਿੰਨੇ ਵੀ ਆਪਾਂ ਦੇਖਦੇ ਪੀਟਰ ਨੂੰ ਦੇਖੋ ਤੁਸੀਂ ਯੂਸਫ ਨੂੰ ਦੇਖੋ ਤੁਸੀਂ ਯਾਕੂਬ ਨੂੰ ਦੇਖੋ ਤੁਸੀਂ ਹਰ ਕਿਸੇ ਨੇ ਆਪਣੀ ਲਾਈਫ ਦੇ ਵਿੱਚ ਟੈਸਟ ਦਿੱਤਾ ਦਾਨੀਅਲ ਨੂੰ ਦੇਖੋ ਦਾਨੀਅਲ ਨੇ ਕਿੰਨਾ ਵੱਡਾ ਟੈਸਟ ਦਿੱਤਾ ਸਦਰ ਕਮੇਸ਼ ਕਬਦ ਨਗੋ ਨੂੰ ਦੇਖੋ ਕਿੰਨਾ ਵੱਡਾ ਉਹਨਾਂ ਦੀ ਲਾਈਫ ਦਾ ਟੈਸਟ ਆ ਸੋ ਮੈਂ ਤੁਹਾਨੂੰ ਕਹਿੰਦੀ ਆ ਸਗੋਂ ਪਰਮੇਸ਼ਵਰ ਦਾ ਵਚਨ ਕਹਿੰਦਾ ਜਿੰਨਾ ਵੱਡਾ ਟੈਸਟ ਓਨੀ ਵੱਡੀ ਟੈਸਟੀਮਨੀ ਹallelujah ਇੱਕ ਬੰਦੇ ਦੇ ਕੰਡਾ ਲੱਗਿਆ ਫਰਜ ਰੱਖ ਲਓ ਫੋਰ ਐਗਜ਼ੈਂਪਲ ਕਿ ਇੱਕ ਬੰਦੇ ਦੇ ਕੰਡਾ ਲੱਗ ਗਿਆ ਰਾਈਟ ਉਹ ਉਹਨੇ ਪ੍ਰਾਰਥਨਾ ਕੀਤੀ ਜੋ ਕੁਝ ਵੀ ਹੋਇਆ ਤੇ ਉਹਦਾ ਕੰਡਾ ਨਿਕਲ ਗਿਆ ਉਹਦੀ ਟੈਸਟੀਮਨੀ ਕੀ ਆ ਕਿ ਉਹਦਾ ਕੰਡਾ ਲੱਗਾ ਸੀ ਕੰਡਾ ਨਿਕਲ ਗਿਆ ਇਹ ਉਹਦੀ ਟੈਸਟੀਮਨੀ ਆ ਹਾਂ ਇੱਕ ਇਨਸਾਨ ਆ ਕਿ ਉਹਦੇ ਉਹਦਾ ਪੂਰਾ ਹੱਥ ਵੱਡਿਆ ਹੋਇਆ ਸੀ ਡਾਕਟਰ ਕਹਿੰਦੇ ਸੀ ਜੋੜਨਾ ਨਹੀਂ ਜੋ ਡਾਕਟਰ ਕਹਿੰਦੇ ਸੀ ਇਹ ਨਾਲ ਰਹਿ ਨਹੀਂ ਸਕਦਾ ਪਰ ਉਹਦਾ ਟੈਸਟ ਵੱਡਾ ਸੀ ਉਹਦਾ ਦੁੱਖ ਵੱਡਾ ਸੀ ਪਰ ਪ੍ਰਾਰਥਨਾ ਹੋਈ ਪ੍ਰੋਸਾ ਪਰਮੇਸ਼ਵਰ ਦੇ ਉੱਤੇ ਹੋਇਆ ਨਿਰੰਤਰ ਪ੍ਰੋਸੇ ਵਿੱਚ ਬੰਦਾ ਰਿਹਾ ਉਹਨੇ ਪਰਮੇਸ਼ਵਰ ਦੇ ਪ੍ਰੇਮ ਨੂੰ ਨਹੀਂ ਛੱਡਿਆ ਪਰਮੇਸ਼ਵਰ ਦੇ ਕਲਾਮ ਨੂੰ ਨਹੀਂ ਛੱਡਿਆ ਪਰਮੇਸ਼ਵਰ ਦੇ ਉੱਤੇ ਆਸ ਨੂੰ ਨਹੀਂ ਛੱਡਿਆ ਤਾਂ ਕੀ ਹੋਇਆ ਉਹਦਾ ਹੱਥ ਸਹੀ ਹੋ ਗਿਆ ਹੁਣ ਤੁਸੀਂ ਦੇਖੋ ਜਿੰਨਾ ਦੁੱਖ ਕੰਡਾ ਲੱਗਣ ਦਾ ਛੋਟਾ ਸੀ ਉੰਨੀ ਟੈਸਟੀਮਨੀ ਵੀ ਛੋਟੀ ਸੀ ਜਿੰਨਾ ਦੁੱਖ ਉਸ ਹੱਥ ਦੇ ਵੱਡੇ ਜਾਣ ਦਾ ਵੱਡਾ ਸੀ ਉੰਨੀ ਟੈਸਟੀਮਨੀ ਵੀ ਵੱਡੀ ਆ ਇਸ ਲਈ ਜਿੰਨਾ ਤੁਹਾਡਾ ਕਸਟ ਵੱਡਾ ਆ ਤੁਹਾਡੀ ਗਵਾਹੀ ਉੰਨੀ ਵੱਡੀ ਆ ਜਿੰਨਾ ਤੁਹਾਡਾ ਤੁਹਾਡਾ ਇਮਤਿਹਾਨ ਵੱਡਾ ਆ ਤੁਹਾਡੀ ਟੈਸਟੀਮਨੀ ਓਨੀ ਵੱਡੀ ਆ ਤੁਹਾਡੀ ਗਵਾਹੀ ਓਨੀ ਵੱਡੀ ਆ ਸੋ ਡੋਨਟ ਵਰੀ ਬੀ ਹੈਪੀ ਸਟੇ ਇਨ ਫੇਥ ਐਂਡ ਪ੍ਰੇਅਰ ਕਬਰਾਉਂ